Sindhu border te pahunchi hoi sari sangat stage te birajman sare sajjanan nu ek wari guru ji di bakhshi hoi fateh di saanj paune hai par ke jawab dio je wah guru ji ka khalsa wah guru ji ki fateh. ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਸਾਡੇ ਦੋ ਤਿੰਨ ਸੱਜਣਾਂ ਨੇ ਕਹੀ ਪਹਿਲਾਂ ਕਿ ਕਲਾਕਾਰ ਫਲਾਂ ਅਸਲ 'ਚ ਇੱਥੇ ਕੋਈ ਕਲਾਕਾਰ ਨਹੀਂ ਕੋਈ ਵਕੀਲ ਨਹੀਂ ਕੋਈ ਜੱਜ ਨਹੀਂ ਸਾਰੇ ਸੀ ਕਲਾਕਾਰ ਤਾਂ ਅਸੀਂ ਬਾਅਦ 'ਚ ਬਣੇ ਹਾਂ ਔਰ ਇਸ ਦੇਸ਼ ਨੂੰ ਇੱਕੋ ਚੀਜ਼ ਇਕੱਠੇ ਕਰ ਸਕਦੀ ਸੀ ਜਾਂ ਸਾਡੇ ਪ੍ਰਦੇਸ਼ ਨੂੰ ਉਹ ਸੀਗੀ ਕਿਸਾਨੀ ਕਿਉਂਕਿ ਕਿਸਾਨ ਸਾਰੇ ਨੇ ਚਾਹੇ ਉਹ ਖੁਦ ਹੋਣ ਜਾਂ ਉਹਨਾਂ ਦੀ ਕੋਈ ਅੰਗਲੀ ਸੰਗਲੀ ਹੋਵੇ ਪਿਓ ਦਾਦਾ ਹੋਵੇ ਜਾਂ ਕੋਈ ਰਿਸ਼ਤੇਦਾਰ ਹੋਵੇ ਕਿਸਾਨੀ ਨਾਲ ਉਹ ਜੁੜਿਆ ਹੋਇਆ ਹੈ ਇਸੇ ਲਈ ਸਿਰਫ ਅਸੀਂ ਆ ਬੈਠੇ ਹੋਏ ਲੋਕਾਂ ਦਾ ਅੰਦਾਜ਼ਾ ਨਾ ਲਾਈਏ ਦੁਨੀਆ ਦੇ ਵਿੱਚ ਹਰ ਥਾਂ 'ਤੇ ਬੈਠਾ ਹੋਇਆ ਬੰਦਾ ਤੁਹਾਡੇ ਨਾਲ ਜੁੜਿਆ ਹੈ ਇੱਕ ਗੱਲ ਦਾ ਅਹਿਸਾਸ ਕਰਿਓ ਜੇ ਆਪਦੀ ਤਾਕਤ ਦਾ ਅਹਿਸਾਸ ਪਾਰਲੀਮੈਂਟ ਜਿੱਥੇ 135 ਕਰੋੜ ਦੇਸ਼ ਵਾਸੀਆਂ ਦੇ ਨੁਮਾਇੰਦੇ ਜਾਂਦੇ ਨੇ ਜਦੋਂ ਤੁਹਾਡੇ ਇੱਥੋਂ ਬਿਆਨ ਜਾਂਦਾ ਨਾ ਕਿਸੇ ਵੀ ਲੀਡਰ ਦਾ ਜਾਂ ਤੁਹਾਡਾ ਫਰਮਾਨ ਜਾਂਦਾ ਸੰਗਤ ਦਾ ਤਾਂ ਉਹ ਤਖਤੀਆਂ ਲੈ ਕੇ ਬਾਹਰ ਖੜ ਜਾਂਦੇ ਨੇ ਤਖਤੀਆਂ ਲੈ ਕੇ ਪਾਰਲੀਮੈਂਟ ਦੇ ਅੰਦਰ ਵੀ ਰੌਲਾ ਪਾਉਂਦੇ ਨੇ ਕਿ ਤੁਹਾਡੀ ਗੱਲ ਕਰ ਸਕਣ ਇਹ ਕਿਉਂ ਹੋਇਆ ਕਿਉਂਕਿ ਤੁਹਾਨੂੰ ਅਹਿਸਾਸ ਹੋਇਆ ਕਿ ਮਾਲਕ ਤੁਸੀਂ ਹੋ ਲੀਡਰ ਤੁਸੀਂ ਹੋ ਇਹ ਤੁਹਾਡੇ ਚੁਣੇ ਹੋਏ ਉੱਥੇ ਜਾ ਕੇ ਬਹਿੰਦੇ ਨੇ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਆਪਦੀ ਤਾਕਤ ਦੀ ਪਹਿਚਾਣ ਕਰੋ ਤੁਹਾਡੀ ਤਾਕਤ ਹੈ ਇਹ ਇਹਨਾਂ ਦੀ ਕੋਈ ਹਿੰਮਤ ਨਹੀਂ ਕੋਈ ਮਜਾਲ ਨਹੀਂ ਕਿ ਤੁਹਾਡੀ ਕੀਤੀ ਹੋਈ ਕਹੀ ਹੋਈ ਗੱਲ ਨੂੰ ਨਕਾਰ ਸਕਣ ਜਦੋਂ ਤੁਹਾਡੇ ਕੋਲੇ ਆਉਣ ਜਦੋਂ ਤੁਹਾਡੇ ਨਾਲ ਗੱਲ ਕਰਨ ਚਾਹੇ ਵੋਟ ਲਈ ਹੋਵੇ ਲੈ ਕਿਸੇ ਵੀ ਕੰਮ ਲਈ ਹੋਵੇ ਉਦੋਂ ਪੁੱਛੋ ਇਹਨਾਂ ਨੂੰ ਕਿ ਤੁਸੀਂ ਕੀ ਕੀਤਾ ਸੀਗਾ ਪਹਿਲਾਂ ਜੋ ਵਾਅਦੇ ਕਰਕੇ ਗਏ ਸੀ ਉਹਨਾਂ ਦਾ ਕੀ ਹੋਇਆ ਹੁਣ ਤੱਕ ਕੀਤੇ ਪੂਰੇ ਜਾਂ ਨਹੀਂ ਕੀਤੇ ਸੋ ਇਹ ਤੁਹਾਡੀ ਤਾਕਤ ਹੈ ਹੁਣ ਆਪਾਂ ਆਉਂਦੇ ਹਾਂ ਸੰਘਰਸ਼ ਵੱਲ ਸੰਘਰਸ਼ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਸੀ ਹੈ ਔਰ ਰਹੂਗਾ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ ਔਰ ਜਿੱਤਣਾ ਇਸ ਲਈ ਜ਼ਰੂਰੀ ਹੈ ਕਿ ਇਸ ਤੋਂ ਬਾਅਦ ਜਿਹੜੇ ਮਸਲੇ ਨੇ ਉਹਨਾਂ ਨੂੰ ਸਾਹਮਣੇ ਲਿਆ ਸਕੀਏ ਅਤੇ ਫਿਰ ਉਹਨਾਂ 'ਚ ਜਿੱਤ ਪ੍ਰਾਪਤ ਕਰਕੇ ਆਪਦੇ ਪ੍ਰਦੇਸ਼ ਨੂੰ ਆਪਦੇ ਦੇਸ਼ ਨੂੰ ਆਪਦੀ ਕੌਮ ਨੂੰ ਚੰਗੇ ਪਾਸੇ ਨੂੰ ਲਾ ਸਕੀਏ ਇਹ ਸੰਘਰਸ਼ ਕੋਈ ਅੱਜ ਦਾ ਨਹੀਂ ਗਾ ਕਿਸਾਨੀ ਦੀ ਸਭ ਤੋਂ ਪਹਿਲੀ ਕ੍ਰਾਂਤੀ ਸਭ ਤੋਂ ਪਹਿਲੀ ਕ੍ਰਾਂਤੀ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਕੀਤੀ ਸੀ ਜਦੋਂ ਤੁਹਾਨੂੰ ਆਮ ਲੋਕਾਂ ਨੂੰ ਨਾਲ ਲੈ ਕੇ ਜੋ ਸਰਹੰਦ ਦਾ ਸੂਬੇਦਾਰ ਸੀ ਉਹਨੂੰ ਹਰਾਇਆ ਸੀ ਚੱਪੜ ਚਿੜੀ 'ਤੇ ਆ ਕੇ ਉਹ ਪਹਿਲੀ ਕ੍ਰਾਂਤੀ ਸੀ ਜਦੋਂ ਆਮ ਲੋਕਾਂ ਨੂੰ ਤੁਹਾਡੇ ਵਰਗੇ ਲੋਕਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਸੀ ਉਹ ਵੀ ਅਸੀਂ ਸੰਘਰਸ਼ ਨਿਸ਼ਾਨ ਸਾਹਿਬ ਦੀ ਰਹਿਨੁਮਾਈ 'ਚ ਲੜਿਆ ਸੀ ਹੁਣ ਵੀ ਲੜ ਰਹੇ ਹਾਂ ਔਰ ਅਗਲੇ ਸੰਘਰਸ਼ ਵੀ ਲੜਾਂਗੇ ਜਿੱਤੇ ਵੀ ਸੀ ਆ ਵੀ ਜਿੱਤਾਂਗੇ ਬਟ ਇਹਦੇ ਲਈ ਇੱਕ ਜ਼ਰੂਰੀ ਹੁੰਦਾ ਹੈ ਇੱਕ ਮੁੱਠ ਰਹਿਣਾ ਇੱਕੋ ਸੂਈ ਦੇ ਨੱਕੇ ਵਿੱਚ ਦੀ ਲੰਘਣਾ ਕਿਉਂਕਿ ਇਹਨਾਂ ਲੋਕਾਂ ਨੂੰ ਸਾਡੀ ਤਾਕਤ ਉਦੋਂ ਸਮਝ ਆਉਂਦੀ ਹੈ ਜਦੋਂ ਅਸੀਂ ਸੰਗਠਿਤ ਹੋ ਕੇ ਕੁਛ ਕਰਦੇ ਹਾਂ ਜਦੋਂ ਇਹਨਾਂ ਨੂੰ ਡਰ ਹੋਵੇ ਕਿ ਇੱਕ ਨਹੀਂ ਆ ਹੱਥ ਉਂਗਲ ਇਕੱਲੀ ਇਕੱਲੀ ਕੁਛ ਨਹੀਂ ਜਦੋਂ ਐਂ ਬਣ ਗਈ ਤਾਂ ਮੁੱਕਾ ਬਣਦੀ ਹੈ ਅਤੇ ਮੁੱਕਾ ਜਦੋਂ ਵੱਜਦਾ ਹੈ ਨਾ ਅਕਲ ਟਿਕਾਣੇ ਲਿਆ ਦਿੰਦਾ ਹੈ ਇਹਨਾਂ ਦੇ ਵੱਜਿਆ ਹੋਇਆ ਹੈ ਹਰ ਪਾਰਟੀ ਦੇ ਵੱਜਿਆ ਹੋਇਆ ਪਾਰਟੀ ਦੇ ਵੱਜਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਸੱਤਾ ਸੰਭਾਲਣੀ ਹੁੰਦੀ ਹੈ ਔਰ ਸੱਤਾ ਦੇ ਵਿੱਚੋਂ ਨੀਤੀਆਂ ਨਿਕਲਦੀਆਂ ਨੇ ਔਰ ਨੀਤੀਆਂ ਦੇ ਵਿੱਚੋਂ ਸਾਡੀ ਤਕਦੀਰ ਬਣਦੀ ਹੈ ਦੇਸ਼ਾਂ ਪ੍ਰਦੇਸ਼ਾਂ ਦੀ ਤਕਦੀਰ ਬਣਦੀ ਹੈ ਹੁਣ ਅਸੀਂ ਆ ਜਿਵੇਂ ਹੁਣੇ ਗੱਲ ਕੀਤੀ ਕਿ ਆਪਾਂ ਇੱਥੇ ਬੈਠੇ ਕਿਉਂ ਆ ਰੌਣੀ ਹੋਰਾਂ ਨੇ ਕਿਹਾ ਕਿਉਂ ਬੈਠੇ ਹਾਂ ਇੱਥੇ ਕਿਉਂਕਿ ਸਾਡੀਆਂ ਸਰਕਾਰਾਂ ਨੇ ਅਕਲ ਤੋਂ ਕੰਮ ਨਹੀਂ ਲਿਆ ਪਹਿਲੀ ਗੱਲ ਇਹ ਜਿਹੜੇ ਬਿੱਲ ਆਏ ਨੇ ਇਹ ਸੈਂਟਰ ਦਾ ਅਧਿਕਾਰ ਹੀ ਨਹੀਂ ਸੀ ਇਹ ਸਟੇਟਾਂ ਦੇ ਅਧਿਕਾਰ ਸੀ ਦੋ ਤਾਂ ਡਾਇਰੈਕਟ ਔਰ ਇੱਕ ਇਹਨਾਂ ਨੇ ਬਚ ਕੇ ਬਣਾਇਆ ਹੁਣ ਇਹ ਸਟੇਟ ਦੇ ਅਧਿਕਾਰ ਜਾਂ ਕਹਿ ਲਓ ਵੱਧ ਅਧਿਕਾਰਾਂ ਦਾ ਜਾਂ ਫੈਡਰਲਿਜ਼ਮ ਦੀ ਗੱਲ ਇਹ ਜ਼ਰੂਰੀ ਕਿਉਂ ਹੈ
ਮੈਂ ਮਹਾਰਾਸ਼ਟਰਾ 'ਚ ਰਿਹਾ, ਮੈਂ ਬਾਕੀ ਦੁਨੀਆ 'ਚ ਵੀ ਗਿਆ। ਮਹਾਰਾਸ਼ਟਰਾ ਅਲੱਗ ਹੈ, ਕੇਰਲਾ ਅਲੱਗ ਹੈ, ਪੰਜਾਬ ਅਲੱਗ ਹੈ, ਹਰਿਆਣਾ ਅਲੱਗ ਹੈ। ਇਹ ਉੱਥੋਂ ਦੇ ਲੋਕਲ ਲੋਕਾਂ ਨੂੰ ਅਤੇ ਲੋਕਲ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਲੋਕਾਂ ਲਈ ਕਿਹੜੀ ਚੀਜ਼ ਸਹੀ ਹੈ। ਜੇ ਕਰਨਾਟਕ ਦੇ ਵਿੱਚ IT ਸਰਕਲ ਨਾਲ ਇਨਕਮ ਹੋਈ ਹੈ, ਜਨਰੇਟ ਹੋਈ ਹੈ ਔਰ ਉੱਥੋਂ ਦੇ ਲੋਕਾਂ ਨੇ ਤਰੱਕੀ ਕੀਤੀ ਹੈ, ਪੰਜਾਬ ਹਰਿਆਣਾ ਤਾਂ ਹੀ ਤਰੱਕੀ ਕਰੂਗਾ ਜੇ ਖੇਤੀਬਾੜੀ ਦੀ ਤਰੱਕੀ ਹੋਊਗੀ ਤਾਂ। ਔਰ ਖੇਤੀਬਾੜੀ ਨਾਲ ਹੀ ਇੱਥੇ ਨੌਕਰੀਆਂ ਜਨਰੇਟ ਹੋਣਗੀਆਂ। ਕਿਵੇਂ? ਘਰ ਘਰ ਦੇ ਵਿੱਚ ਨੌਕਰੀ ਹੈ, ਸਿਰਫ ਕਿੱਲੇ ਦੇ ਹਿਸਾਬ ਨਾਲ ਇਨਕਮ ਵਧਣੀ ਚਾਹੀਦੀ ਹੈ, ਖਰਚੇ ਘਟਣੇ ਚਾਹੀਦੇ ਨੇ। ਉਹ ਚੀਜ਼ ਕੌਣ ਸਮਝੂਗਾ? ਉਹ ਕੋਈ ਗੁਜਰਾਤ ਤੋਂ ਆ ਕੇ ਜਾਂ ਕੇਰਲਾ ਤੋਂ ਆ ਕੇ ਨਹੀਂ ਸਮਝੂਗਾ, ਉਹ ਤੁਹਾਡੇ 'ਚੋਂ ਜਦੋਂ ਕੋਈ ਗੱਲ ਕਰੂਗਾ ਫਿਰ ਸਮਝੂਗਾ। ਇਸੇ ਲਈ ਐਗਰੀਕਲਚਰ ਜਿਹੜਾ ਹੈਗਾ ਉਹ ਸਟੇਟ ਦਾ ਅਧਿਕਾਰ ਹੈ, ਰਾਜਯ ਦਾ ਅਧਿਕਾਰ ਹੈ, ਜਿਹਨੂੰ ਸੈਂਟਰ ਆਪਦੇ ਹੱਥ 'ਚ ਲੈਣ ਨੂੰ ਫਿਰਦਾ, ਅਸੀਂ ਉਹ ਲੈਣ ਨਹੀਂ ਦੇਣਾਗਾ। ਦੂਸਰੀ ਗੱਲ ਬਿਜਲੀ ਦੀ ਆ ਜਾਓ, ਹੁਣ ਇਹ ਬਿਜਲੀ ਦਾ ਬਿੱਲ ਪਾਸ ਕਰਨ ਨੂੰ ਫਿਰਦੇ ਨੇ ਕਿ ਕੋਈ ਸਬਸਿਡੀ ਨਹੀਂ ਚਾਹੀਦੀ, ਕੁਛ ਨਹੀਂ ਚਾਹੀਦਾ। ਉਹ ਯਾਰ ਇੱਥੇ ਪੁੱਛ ਤਾਂ ਲਓ, ਚਾਹੀਦੀ ਹੈ ਕਿ ਨਹੀਂ ਚਾਹੀਦੀ, ਕਿਉਂ ਨਹੀਂ ਚਾਹੀਦੀ ਗੀ? ਇਹ ਇੱਥੋਂ ਦੇ ਲੋਕਾਂ ਨੂੰ ਪਤਾ ਕਿ ਐਗਰੀਕਲਚਰ ਲਈ ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਜਾਂ ਸਾਡਾ ਜੋ ਰੇਟ ਕਰ ਰੱਖਿਆ ਇਹਨਾਂ ਨੇ ਹੁਣ 11 ਰੁਪਏ, ਕੀ ਇਹ ਸਹੀ ਹੈ? ਜੇ ਹਿਮਾਚਲ 'ਚ 2.5 ਰੁਪਏ ਹੈ, ਹਰਿਆਣੇ 'ਚ 7 ਰੁਪਏ ਹੈ, ਤਾਂ ਪੰਜਾਬ 'ਚ 11 ਰੁਪਏ ਕਿਉਂ ਆ ਵੀ? ਔਰ ਆਹ ਜਿਹੜੇ ਮੁਫਤ ਵਾਲੇ ਤੁਰੇ ਫਿਰਦੇ ਨੇ, ਕੀ ਇਹ 13 ਤਾਂ ਨਹੀਂ ਕਰ ਦੇਣਗੇ? ਸੋ ਇਹ ਸਾਨੂੰ ਨਜ਼ਰ ਰੱਖਣੀ ਹੈ, ਇਹ ਸਟੇਟ ਦੇ ਅਧਿਕਾਰ ਨੇ, ਜ਼ਰੂਰੀ ਹੈ। ਹੁਣ ਸਾਡੇ ਇੱਕ ਬਿੱਲ ਹੈ ਅਸੈਂਸ਼ਨਲ ਕਮਿਊਨਿਟੀ, ਉਹ ਅਸਲ ਦੇ ਵਿੱਚ ਖਰੀਦਦਾਰਾਂ ਦਾ ਬਿੱਲ ਹੈ, ਕੰਜ਼ਿਊਮਰ ਦਾ। ਉਹਦੇ ਵਿੱਚ ਕੀ ਹੈ, ਇਹਨਾਂ ਨੇ ਕੀਤਾ ਕੀ ਹੈ, ਅਮੈਂਡਮੈਂਟ ਆ, ਉਹ 1960 ਦਾ ਬਿੱਲ ਬਣਿਆ ਹੋਇਆ, ਅਮੈਂਡਮੈਂਟ ਕੀਤੀ ਕਿ ਜੋ ਵੀ ਚੀਜ਼ ਹੋਊਗੀ ਸਟਾਕ ਤੁਸੀਂ ਕਰ ਸਕਦੇ ਹੋ, ਜਮ੍ਹਾਂਖੋਰੀ ਕਰ ਸਕਦੇ ਹੋ। ਇਹ ਜਮ੍ਹਾਂਖੋਰੀ ਦਾ ਨੁਕਸਾਨ ਤੁਸੀਂ ਵੇਖ ਲਿਆ ਹੋਣਾ ਪਿੱਛੇ ਜੇ, ਸਰੋਂ ਦੇ ਤੇਲ ਦਾ। ਇਹ ਕਿਹਨੇ, ਇੱਕ ਘਰਾਣੇ ਨੇ ਖਰੀਦਿਆ ਸੀ, ਖਰੀਦ ਕੇ ਸਟਾਕ ਕਰ ਲਿਆ, ਮਾਰਕੀਟ ਦੇ ਵਿੱਚ ਉਹਦੀ ਡਿਮਾਂਡ ਵੱਧ ਗਈ, ਜਿਹੜਾ ਪਿਛਲੇ ਸਾਲ 80 ਤੋਂ 90 ਰੁਪਏ ਸੀ ਉਹ ਅੱਜ 180 ਤੋਂ 170 ਰੁਪਏ ਵਿਕ ਰਿਹਾ। ਇਹ ਕੰਮ ਇਹ ਕਰਨਾ ਚਾਹੁੰਦੇ ਨੇ। ਆਂਦੇ ਜੀ ਸਰਕਾਰ ਦਖਲ ਉਦੋਂ ਦੇਊਗੀ ਜਦੋਂ ਕੀਮਤਾਂ 100% ਵਧੀਆਂ, ਨਾ ਜੇ 99% ਵਧੀਆਂ ਤਾਂ ਨਹੀਂ ਬੋਲੂਗੀ? ਆਂਦੇ ਨਹੀਂ ਬੋਲੂਗੀ ਜੀ। ਕੋਈ ਅਧਿਕਾਰ ਨਹੀਂ ਹੋਊਗਾ ਕਿਸੇ ਸਰਕਾਰ ਨੂੰ, ਜਿੰਨੀ ਮਰਜ਼ੀ ਜਮ੍ਹਾਂਖੋਰੀ ਕਰੋ। ਹੁਣ ਤੁਸੀਂ ਵਾਰ ਵਾਰ ਸੁਣਦੇ ਹੋਊਗੇ ਚੈਨਲਾਂ ਦੇ ਉੱਤੇ ਕਿ ਆਂਦੇ ਜੀ, ਹਰ ਥਾਂ 'ਤੇ ਆਉਂਦੇ ਨੇ ਕਿ ਤੁਸੀਂ ਇਹ ਕਿਵੇਂ ਕਹਿੰਦੇ ਹੋ ਕਿ ਸਾਡੀ ਜ਼ਮੀਨ ਖੋ ਲੈਣਗੇ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਦੇਣਾ ਇੱਥੇ ਸਟੇਜ 'ਤੇ ਬੈਠੇ ਲੋਕ ਜੇ ਇਹਨਾਂ ਗੱਲਾਂ ਦਾ ਜਵਾਬ ਦੇਣਗੇ, ਬਿੱਲ ਨਹੀਂ ਚੱਲਣੇ, ਇਹ ਹਟਣੇ ਨਹੀਂ। ਜਦੋਂ ਤੁਹਾਡੇ 'ਚੋਂ ਇਕੱਲਾ ਇਕੱਲਾ ਬੰਦਾ ਜਵਾਬ ਦੇਣ ਲੱਗ ਗਿਆ ਉਦੋਂ ਇਹਨਾਂ ਦੀ ਮੱਤ ਟਿਕਾਣੇ ਆਊਗੀ। ਸੋ ਦੱਸਣਾ ਇਹ ਹੈ ਕਿ ਜ਼ਮੀਨ ਜਾਊਗੀ ਕਿਵੇਂ, ਜ਼ਮੀਨ ਜਾਣ ਦਾ ਦਵਿੰਦਰ ਸ਼ਰਮਾ ਜੀ ਬੈਠੇ ਨੇ, ਤੁਹਾਨੂੰ ਜ਼ਿਆਦਾ ਬੈਟਰ ਵੇ ਨਾਲ ਦੱਸਣਗੇ ਕਿ ਸਾਡੇ ਅਮੈਰੀਕਾ ਦੇ ਵਿੱਚ 2% ਕਿਸਾਨ ਰਹਿ ਗਏ ਨੇ, ਯੂਰਪ ਦੇ ਕਈ ਦੇਸ਼ ਨੇ ਕਿਤੇ 1.5%, ਕਿਤੇ 3%, ਕਿਤੇ 4%। ਹੁਣ ਤੁਸੀਂ ਕਹੋਗੇ ਜ਼ਮੀਨ ਤਾਂ ਹੈਗੀ ਹੈ, ਕਿਸਾਨ ਕਿੱਧਰ ਚਲਿਆ ਗਿਆ? ਕਿਸਾਨ ਹੈਗਾ ਪਰ ਉੱਥੇ ਕੌਣ ਹੈ? ਅਮੈਰੀਕਾ ਦਾ ਸਭ ਤੋਂ ਵੱਡਾ ਕਿਸਾਨ ਜਾਂ ਦੁਨੀਆ ਦਾ ਸਭ ਤੋਂ ਵੱਡਾ ਕਿਸਾਨ ਪਤਾ ਕੌਣ ਹੈ? ਜੋ ਦੁਨੀਆ ਦਾ 1 of the ਅਮੀਰ ਆਦਮੀ ਹੈ, ਬਿਲਗੇਟ। 2,64,000 ਕਿੱਲੇ ਉਹਦੀ ਜ਼ਮੀਨ ਹੈ, 2,64,000 ਕਿੱਲੇ। ਸੋ ਇਹ ਜ਼ਮੀਨ ਕੀ ਚਾਹ ਰਹੇ ਨੇ ਕਿ ਕੁਛ ਵੱਡੇ ਇੰਡਸਟਰੀਲਿਸਟ ਆਉਣ, ਘਰਾਣੇ ਆਉਣ ਔਰ ਉਹ ਇਕੱਠੀ ਕਰ ਲੈਣ ਔਰ ਤੁਹਾਨੂੰ ਉਹਦੇ 'ਤੇ ਮੁਜ਼ਾਹਰੇ ਬਣਾ ਕੇ ਕੰਮ ਕਰਾਉਣ। ਉਹਦੀ ਕਿਵੇਂ ਹੋਊਗੀ ਇਹ ਤੁਹਾਨੂੰ ਦੱਸਦਾ, ਹੋਊਗਾ ਕਿਵੇਂ? ਕਿਉਂਕਿ ਇਹਨਾਂ ਨੇ ਥੋਤੋਂ ਫਸਲ ਲੈਣੀ ਹੈ, ਹੌਲੀ ਹੌਲੀ ਇਹ ਪੈਰਲਲ ਮੰਡੀ ਬਣਾ ਕੇ ਤੁਹਾਡੀ ਮੰਡੀ ਖਤਮ ਕਰ ਦੇਣਗੇ। ਸਰਕਾਰੀ ਮੰਡੀ ਜਦੋਂ ਖਤਮ ਹੋ ਗਈ ਫਿਰ ਇਹ ਆਪਦੀ ਮਰਜ਼ੀ ਦੇ ਉੱਤੇ ਥੋਤੋਂ ਪਹਿਲਾਂ ਭਾਅ ਜ਼ਿਆਦਾ ਦੇਣਗੇ, ਫਿਰ ਹੌਲੀ ਹੌਲੀ ਹੌਲੀ, ਜਿਵੇਂ ਹਿਮਾਚਲ 'ਚ ਸੇਬ ਨਾਲ ਕੀਤਾ। ਸੇਬ 23 ਰੁਪਏ ਵਿਕਦਾ ਸੀ, ਇਹਨਾਂ ਨੇ 25-26 ਦਿੱਤਾ, ਛੋਟੇ ਬਾਇਰ ਚਲੇ ਗਏ, ਫਿਰ ਉਸ ਤੋਂ ਬਾਅਦ ਉਹੀ ਸੇਬ 11 ਤੋਂ 12 ਰੁਪਏ ਦਾ ਲੈ ਰਹੇ ਨੇ। ਉਵੇਂ ਤੁਹਾਡੇ ਨਾਲ ਕਰਨਾ, ਪਹਿਲਾਂ ਰੇਟ ਚੱਕਣਗੇ ਫਿਰ ਰੇਟ ਸਿੱਟਣਗੇ। ਮੰਡੀ ਖਤਮ ਹੋ ਚੁੱਕੀ ਹੋਊਗੀ, ਤੁਹਾਨੂੰ ਨੂੰ ਉਹਨਾਂ ਦੀ ਮਰਜ਼ੀ 'ਤੇ ਦੇਣਾ ਪੈਣਾ। ਹੁਣ ਤੁਸੀਂ ਕਰੋਗੇ ਇਹ ਕਿਵੇਂ ਚਲਾਉਣਗੇ ਅੱਗੇ, ਕਿਉਂਕਿ ਇਹ ਇਕੱਲੇ ਖਰੀਦਦਾਰ ਨਹੀਂ ਹੋਣਗੇ ਜਾਂ ਪ੍ਰੋਡਿਊਸ ਨਹੀਂ ਕਰਨਗੇ, ਇਹ ਵੇਚਣ ਤੱਕ ਜਾਣਗੇ, ਦੁਕਾਨਾਂ 'ਚ ਵੇਚਣ ਤੱਕ। ਹੁਣ ਤੁਸੀਂ ਤਾਂ ਸਰੋਂ ਉਗਾਈ ਅਤੇ ਵੇਚਤੀ, ਇਹਨਾਂ ਨੇ ਤੇਲ ਕਿੰਨੇ ਦਾ ਵੇਚਿਆ? ਸੋ ਇਹ ਪਹਿਲੀ ਚੀਜ਼ ਤੋਂ ਲੈ ਕੇ, ਇਹ ਤੋਂ ਲੈ ਕੇ
ਜ਼ੈਡ ਤੱਕ ਕੰਮ ਕਰਨਗੇ। ਸੋ ਇਹਨਾਂ ਲਈ ਇਹ ਸੌਖ ਹੈ ਕਰਨਾ। ਔਰ ਗੌਰਮੈਂਟ ਇਹਨਾਂ ਦੀ ਹੈਲਪ ਕਿਉਂ ਕਰ ਰਹੀ ਹੈ? ਕਿਉਂਕਿ ਇਹਨਾਂ ਦੀ ਲੌਬੀ ਹੈ, ਇਹ ਪੈਸੇ ਦਿੰਦੇ ਨੇ ਔਰ ਉੱਥੇ ਬੈਠੇ ਹੋਏ ਲੋਕ ਇਹਨਾਂ ਦੀ ਲੌਬਿੰਗ ਕਰਦੇ ਨੇ। ਕਿਸਾਨਾਂ ਦੀ ਲੌਬੀ ਕੌਣ ਹੁੰਦੀ ਹੈ? ਸਰਕਾਰ, ਜਿਹਨੂੰ ਤੁਸੀਂ ਵੋਟ ਪਾਈ ਹੁੰਦੀ ਹੈ, ਉਹ ਉਹਨਾਂ ਨਾਲ ਰਲ ਗਈ। ਸੋ ਉਹਨਾਂ ਨੂੰ ਸੋਚਣਾ ਚਾਹੀਦਾ, ਉਹ ਜਿਨ੍ਹਾਂ ਨੇ ਤੁਹਾਨੂੰ ਤਾਕਤ ਬਖਸ਼ੀ, ਜਿਨ੍ਹਾਂ ਨੇ ਤੁਹਾਨੂੰ ਪਾਰਲੀਮੈਂਟ ਅਸੈਂਬਲੀਆਂ ਚ ਬਾਇਆ, ਉਹਨਾਂ ਨੂੰ ਛੱਡ ਕੇ ਉਹਨਾਂ ਨਾਲ ਰਲ ਗਏ ਹੋ? ਸੋ ਇਹ ਤੁਹਾਨੂੰ ਸੋਚਣਾ ਪਊਗਾ ਕਿ ਇਹ ਜਿਹਾ ਨੂੰ ਬਹਾਉਣਾ ਹੈ ਜਾਂ ਇਹਨਾਂ ਨੂੰ ਉਹ ਕਰਨ ਦੇਣਾ ਰਾਜਨੀਤੀ ਦੇ ਵਿੱਚ ਜਾਂ ਪੋਲਿਟਿਕਸ ਦੇ ਵਿੱਚ। ਜਿਹੜੀ ਇਹ ਲੋਕਤੰਤਰ ਹੈ ਜਾਂ ਸਰਕਾਰ ਹੈ, ਇਹ ਲੋਕਾਂ ਦੁਆਰਾ ਹੈ, ਲੋਕਾਂ ਦੀ ਹੈ ਔਰ ਲੋਕਾਂ ਨੇ ਚੁਣੀ ਹੈ। ਜੇ ਸਾਡੀ ਨਹੀਂ ਸੁਣਨਗੇ ਤਾਂ ਸਾਨੂੰ ਇਹਨੂੰ ਉਤਾਰਨਾ ਵੀ ਆਉਂਦਾ। ਬਟ ਉਹਨੂੰ ਯਾਦ ਰੱਖਿਓ, ਜੇ ਉਹਦੇ 'ਚ ਵਰਗ ਵੰਡ ਨਹੀਂ ਆਉਣੀ ਚਾਹੀਦੀ, ਧਰਮਾਂ ਦੀ ਵੰਡ ਨਹੀਂ ਆਉਣੀ ਚਾਹੀਦੀ। ਸਾਨੂੰ ਯਾਦ ਰਹੇ ਜਿਹੜਾ ਸਾਡੇ ਉਲਟ ਚੱਲਿਆ ਇਹਨੂੰ ਅਸੀਂ ਲਾਉਣਾ ਵੀ ਹੈ। ਸੋ ਇਹ ਜਿਹੜਾ ਇਹ ਜਿਵੇਂ ਤੇਲ ਮਹਿੰਗਾ ਹੋ ਗਿਆ, ਕਿਹਨੇ ਲੈਣਾ ਸੀ? ਕੰਜ਼ਿਊਮਰ ਨੇ, ਖਰੀਦਦਾਰ ਨੇ। ਤੇ ਲੜਾਈ ਕਿਹਦੀ ਹੋ ਗਈ? ਹਰ ਘਰ 'ਚ ਬੈਠੇ ਹੋਏ ਖਰੀਦਦਾਰ ਦੀ। ਲੜ ਕੌਣ ਰਹੇ ਹੋ ਤੁਸੀਂ? ਇਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ ਲੜਾਈ ਸਾਡੀ ਹੈ, ਲੜ ਕਿਸਾਨ ਰਿਹਾ, ਅਸੀਂ ਨਾਲ ਜੁੜੀਏ, ਹੱਥ ਨੂੰ ਹੱਥ ਹੁੰਦਾ। ਔਰ ਇੱਥੇ ਜੇ ਅਸੀਂ ਇਕੱਲੇ ਇਕੱਲੇ ਹੋ ਗਏ ਨਾ, ਇਸੇ ਲਈ ਇਹ ਤੁਹਾਨੂੰ ਕਹਿੰਦੇ ਨੇ ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਸਿੱਖ ਹੈ, ਤੂੰ ਈਸਾਈ ਹੈ, ਅਸੀਂ ਇਨਸਾਨ ਹੈ। ਕਿਉਂਕਿ ਜਦੋਂ ਅਸੀਂ ਇਕੱਠੇ ਹੋ ਕੇ ਲੜਾਂਗੇ ਤਾਂ ਇਹ ਕੁਛ ਨਹੀਂ ਕਰ ਸਕਦੇ। ਪਰ ਜੇ ਇਹਨਾਂ ਨੇ ਸਾਨੂੰ ਇਕੱਲੇ ਇਕੱਲੇ ਕਰ ਲਿਆ ਕਿ ਆਹ ਕਲਾਕਾਰ ਹੈ, ਆਹ ਵਕੀਲ ਹੈ, ਆਹ ਬਿਜ਼ਨਸਮੈਨ ਹੈ, ਆਹ ਕਿਸਾਨ ਹੈ, ਫਿਰ ਨਹੀਂ ਅਸੀਂ ਜਿੱਤ ਸਕਣਾ। ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਤਾਂ ਫਿਰ ਇਹਨਾਂ ਨੂੰ ਸਮਝਾ ਸਕਾਂਗੇ। ਸੋ ਇਹ ਲੜਾਈਆਂ ਬਹੁ ਪੱਖੀ ਨੇ। ਔਰ ਜਿਹੜੇ ਇਹਨਾਂ ਦੋ ਬਿੱਲਾਂ 'ਚ ਵੀ ਇਹਨਾਂ ਨੇ ਗੱਲਾਂ ਕੀਤੀਆਂ ਨੇ, ਇਹਨਾਂ ਦਾ ਲੈ ਦੇ ਕੇ ਇੱਕੋ ਗੱਲ ਹੈ ਕਿ ਅਸੀਂ ਸਰਕਾਰ ਨੇ ਜੋ ਇੰਡਸਟਰੀ ਲਿਸਟ ਨੂੰ ਅੱਗੇ ਲਾਉਣਾ ਹੈ ਉਹਦੇ 'ਤੇ ਕੱਲ੍ਹ ਨੂੰ ਕੋਈ ਪ੍ਰਸ਼ਨ ਨਾ ਉਠਾਵੇ, ਕੁਐਸਚਨ ਨਾ ਉਠਾਵੇ। ਹੁਣ ਇੱਕ ਬਿੱਲ ਲੈ ਕੇ ਆ ਰਹੇ ਨੇ ਪਰਾਲੀ ਵਾਲਾ, ਤੁਸੀਂ ਸੁਣਿਆ ਹੋਣਾ, ਪੋਲਿਊਸ਼ਨ ਦਾ। ਹਾਸੇ ਵਾਲੀ ਗੱਲ ਹੈ ਕਿ ਪੋਲਿਊਸ਼ਨ ਵਾਲਾ ਬਿੱਲ ਸਿਰਫ ਨੌਰਥ ਇੰਡੀਆ ਲਈ ਹੈ, ਉੱਤਰ ਭਾਰਤ ਲਈ ਹੈ, ਯੂਪੀ ਤੱਕ ਅਤੇ ਇੱਧਰ ਕਸ਼ਮੀਰ ਤੋਂ ਲੈ ਕੇ ਪੰਜਾਬ ਹੁੰਦਾ ਹੋਇਆ ਸਿਰਫ ਯੂਪੀ ਤੱਕ। ਹੁਣ ਮੈਨੂੰ ਇਹ ਦੱਸੋ, ਇਹ ਪੋਲਿਊਸ਼ਨ ਕਲਕੱਤੇ ਨਹੀਂ ਹੁੰਦਾ? ਇਹ ਪੋਲਿਊਸ਼ਨ ਬੈਂਗਲੌਰ ਨਹੀਂ ਹੁੰਦਾ? ਇਹ ਮੁੰਬਈ ਨਹੀਂ ਹੁੰਦਾ? ਹੈਦਰਾਬਾਦ ਨਹੀਂ ਹੁੰਦਾ ਗਾ? ਹੁੰਦਾ ਹੈ ਨਾ? ਤਾਂ ਫਿਰ ਇਕੱਲੇ ਇੱਥੋਂ ਲਈ ਕਿਉਂ ਹੈ? ਇਹਦੇ ਬਾਰੇ ਕੀ ਥੋਟ ਹੈ ਇਹਨਾਂ ਦਾ? ਔਰ ਪਰਾਲੀ ਦੀ ਗੱਲ ਆ ਗਈ, 15 ਦਿਨ ਜਲਾਉਂਦੇ ਹੋ, 20 ਦਿਨ ਜਲਾਉਂਦੇ ਹੋ, ਬਾਕੀ ਦਿਨ ਪੋਲਿਊਸ਼ਨ ਕਿੱਥੋਂ ਆਉਂਦਾ? ਔਰ ਮੈਨੂੰ ਇੱਕ ਹੋਰ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਪੋਲਿਊਸ਼ਨ ਚੰਡੀਗੜ੍ਹ ਨਹੀਂ ਆਉਂਦਾ, ਕਰਨਾਲ ਨਹੀਂ ਆਉਂਦਾ, ਇਹ ਉੱਤੋਂ ਉੱਤੋਂ ਦੀ ਦਿੱਲੀ ਪਹੁੰਚ ਜਾਂਦਾ ਜਿਵੇਂ ਲੀਡਰ ਪਹੁੰਚ ਜਾਂਦੇ ਨੇ, ਇਹ ਕਿਵੇਂ ਪਹੁੰਚ ਜਾਂਦਾ? ਪਰ ਇਹ ਆਂਦੇ ਇਹਦੀ ਗੱਲ ਨਾ ਕਰੋ ਸਾਡੇ ਨਾਲ, ਇਹਦੀ ਗੱਲ ਨਾ ਕਰੋ, ਇਹ ਤਾਂ ਅਸੀਂ ਜੋ ਕਹਿਤਾ ਇਹਨੂੰ ਮੰਨ ਲਓ। ਇੱਕ ਬਿੱਲ ਲਿਆਉਣ ਦਾ ਤਰੀਕਾ ਹੁੰਦਾ, ਉਹ ਤਰੀਕਾ ਸਮਝਿਓ ਜੇ ਕੀ ਹੁੰਦਾ। ਇਹ ਮੈਂ ਤੁਹਾਨੂੰ ਇਸ ਲਈ ਗੱਲਾਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਜਦ ਕੋਈ ਵੀ ਦੁਨੀਆ ਦਾ ਬੰਦਾ ਜਾਂ ਮੀਡੀਆ ਆ ਕੇ ਤੁਹਾਡੇ ਤੋਂ ਪੁੱਛੇ ਤਾਂ ਤੁਸੀਂ ਉਹਨੂੰ ਜਵਾਬ ਦੇ ਸਕੋ ਕਿ ਆਹ ਮਸਲਾ ਹੋਏ ਤਾਂ ਅਸੀਂ ਇੱਥੇ ਬੈਠੇ ਹਾਂ, ਤਾਂ ਅਸੀਂ ਆਨੇ ਸਾਥੋਂ ਸਾਡੀਆਂ ਜ਼ਮੀਨਾਂ ਖੋਲੂਗੇ। ਤੁਸੀਂ ਇਹ ਗੱਲਾਂ ਦਾ ਤੁਸੀਂ ਜਵਾਬ ਦੇ ਸਕੋ ਚੰਗੀ ਤਰ੍ਹਾਂ ਨਾਲ, ਇਹ ਗੱਲਾਂ ਬੋਲਣੀਆਂ ਇਸ ਲਈ ਜ਼ਰੂਰੀ ਨੇ। ਸੋ ਸਮਝਿਓ ਜੇ ਆਪਦੀ ਤਾਕਤ ਨੂੰ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀ ਪਰਾਲੀ ਵਾਲੇ ਬਿੱਲ ਦੀ, ਜਿਹੜਾ ਇਹ ਲੈ ਕੇ ਆ ਰਹੇ ਨੇ ਕਿ ਪੋਲਿਊਸ਼ਨ ਇੱਥੇ ਹੋ ਰਿਹਾ, ਹੁਣ ਇਹਨਾਂ ਨੂੰ ਇੱਕ ਗੱਲ ਪੁੱਛਣ ਦੀ ਲੋੜ ਹੈ, ਇੱਕ ਗੱਲ ਕਿ 15 ਦਿਨਾਂ ਦੀ ਪਰਾਲੀ ਦਾ ਜਿਹੜਾ ਪੋਲਿਊਸ਼ਨ ਹੈ ਕੀ ਉਹ ਇੱਕ ਸਾਲ ਤੱਕ ਚੱਲ ਜਾਂਦਾ? ਅੱਜ ਪੰਜਾਬ ਦੇ ਵਿੱਚ ਕਿੰਨੀਆਂ ਫੈਕਟਰੀਆਂ ਨੇ, ਹਰਿਆਣੇ 'ਚ ਕਿੰਨੀਆਂ ਫੈਕਟਰੀਆਂ ਨੇ ਜਿਨ੍ਹਾਂ ਸਾਡਾ ਪਾਣੀ ਦਾ ਰੰਗ ਲਾਲ ਕਰਤਾ ਹੈ, ਉਹਨਾਂ 'ਤੇ ਕੀ ਜੁਰਮਾਨਾ ਹੋ ਰਿਹਾ? ਉਹਨਾਂ ਨੂੰ ਬੰਦ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ? ਸਭ ਤੋਂ ਵੱਡਾ ਪੋਲਿਊਸ਼ਨ ਉਹ ਹੈ। ਔਰ ਫਿਰ ਕਿਸੇ ਵੀ ਗੱਲ ਦਾ ਤੁਸੀਂ ਜਵਾਬ ਦੇਣਾ, ਬੰਦ ਕਰਨਾ ਕੋਈ ਹੱਲ ਨਹੀਂ ਹੁੰਦਾ ਗਾ। ਗਰੀਬੀ ਹਟਾਓ ਕਿਹਾ ਸੀ, ਪਤਾ ਲੱਗਿਆ ਗਰੀਬੀ ਹਟਾਉਣ ਲੱਗ ਗਏ, ਉਹ ਤੁਸੀਂ ਸੋਲਿਊਸ਼ਨ ਤਾਂ ਦਿਓ, ਕੋਈ ਸਾਰੇ ਰੈਡੀ ਬੈਠੇ ਨੇ ਉਹ ਕੰਮ ਕਰਨ ਲਈ, ਸੋਲਿਊਸ਼ਨ ਤਾਂ ਦਿਓ ਕਿ ਉਹਨੂੰ ਪਰਾਲੀ ਨੂੰ ਲੈ ਕੇ ਜਾਈਏ ਕਿੱਥੇ, ਕੁਛ ਤਾਂ ਦੱਸੋ ਉਹਦੇ ਬਾਰੇ। ਨਹੀਂ ਜੀ, ਉਹ ਨਹੀਂ ਅਸੀਂ ਦੱਸਣਾ ਗਾ, ਇਹ ਤੁਸੀਂ ਹੱਲ ਲੱਭੋ। ਸੋ ਸਾਡਾ ਹੱਲ ਇਹ ਹੈ, ਜੋ ਵੀ ਜਬਰ ਹੋਊਗਾ ਉਹਦਾ ਜਵਾਬ ਜਿਵੇਂ ਹਿਸਟੋਰੀਕਲੀ ਆਪਾਂ ਪਹਿਲਾਂ ਦਿੰਦੇ ਰਹੇ ਹਾਂ ਉਵੇਂ ਹੀ ਹੁਣ ਦੇਵਾਂਗੇ। ਇਹ ਜਿਹੜੇ ਜਾਬਰ ਕਾਬਲ ਵੱਲੋਂ ਆਉਂਦੇ ਸੀ ਅਸੀਂ ਵਾਪਸ ਮੋੜੇ ਹੈ ਨਾ, ਇੱਥੋਂ ਵਾਲੇ ਜਾਬਰਾਂ ਨੂੰ ਵੀ ਉਵੇਂ ਹੀ ਜਵਾਬ ਦੇਣਾ, ਔਰ ਉਹ ਜਵਾਬ ਤੁਸੀਂ ਦੇ ਰਹੇ ਹੋ। ਇੰਨਾ ਯਾਦ ਰੱਖਿਓ, ਜੇ ਅੱਜ ਪੂਰੀ ਦੁਨੀਆ ਤੁਹਾਡੇ ਵੱਲ ਵੇਖ ਰਹੀ ਹੈ,
ਹਰ ਦੇਸ਼ ਦੇ ਕਿਸਾਨ ਨੇ ਕੋਸ਼ਿਸ਼ ਕੀਤੀ ਆਪਦੀ ਸਰਕਾਰ ਨੂੰ ਇਸ ਪਾਸਿਓਂ ਮੋੜ ਲਏ, ਨਹੀਂ ਮੁੜੀ, ਅੱਜ ਅਸੀਂ ਮੋੜਾਂਗੇ। ਇਹ ਕੋਈ ਤਰੀਕਾ ਨਹੀਂ ਜਿਹੜਾ ਅਰਥਚਾਰਾ ਚਲਾਇਆ ਇਹਨਾਂ ਨੇ ਕਿ ਇੰਡਸਟਰੀ ਲਿਸਟਾਂ ਦਾ ਫਾਇਦਾ ਕਰੋ। ਉਹ ਤੁਹਾਡੇ ਕੱਪੜੇ ਪਾਏ ਮੇਰੇ ਸੋਹਣੇ ਨਹੀਂ ਲੱਗ ਸਕਦੇ, ਮੇਰੇ ਕੱਪੜੇ ਦਵਿੰਦਰ ਜੀ ਦੇ ਸੋਹਣੇ ਨਹੀਂ ਲੱਗ ਸਕਦੇ, ਇਹ ਉਹਨਾਂ ਦੇ ਬਣਾਏ ਬਿੱਲ ਨੇ ਜਿਹੜੇ ਤੁਸੀਂ ਸਾਡੇ 'ਤੇ ਲਾਗੂ ਕਰਨ ਨੂੰ ਫਿਰਦੇ ਹੋ। ਆਪਾਂ ਇਹ ਨਹੀਂ ਕਰਨ ਦੇ ਨੇ। ਔਰ ਇਕੱਲੇ ਇਹ ਹੀ ਨਹੀਂ, ਮੈਂ ਅੱਜ ਸਾਰੀਆਂ ਧਿਰਾਂ ਨੂੰ ਇੱਕ ਕਹੂੰਗਾ ਕਿ ਜਿੰਨੀਆਂ ਧਿਰਾਂ ਇਸ ਮੋਰਚੇ ਦੇ ਵਿੱਚ ਨੇ, ਸੰਘਰਸ਼ ਲੜ ਰਹੀਆਂ ਨੇ, ਜੇ ਅਸੀਂ ਇਹ ਜਿੱਤਿਆ ਸਾਰਿਆਂ ਦੀ ਇੱਜ਼ਤ ਵਧੂਗੀ। ਸੋ ਪਲੀਜ਼ ਜੁੜ ਕੇ ਲੜਨਾ ਔਰ ਜਿੱਤਣਾ, ਔਰ ਜਿੱਤਣ ਤੋਂ ਵੀ ਜ਼ਰੂਰੀ ਹੁੰਦਾ ਜਦੋਂ ਸਾਨੂੰ ਪਤਾ ਹੋਵੇ ਕਿ ਅਸੀਂ ਜਿੱਤਾਂਗੇ। ਇੱਕ ਗੱਲ ਯਾਦ ਰੱਖਿਓ ਜੇ ਮੈਂ ਵਾਰ ਵਾਰ ਕਹਿੰਦਾ ਕਿ ਪਹਿਲਾਂ ਸੰਘਰਸ਼ ਤੋਂ ਪਹਿਲਾਂ, ਲੜਾਈ ਤੋਂ ਪਹਿਲਾਂ ਸਾਰੇ ਬੰਦੇ ਆਮ ਹੁੰਦੇ ਨੇ, ਸੰਘਰਸ਼ਾਂ ਦੇ ਦੌਰਾਨ ਖਾਸ ਜਾਂ ਮਹਾਨ ਬਣਦੇ ਨੇ। ਸਾਡੇ ਸ਼ਹੀਦ ਹੋਏ ਜਿੰਨੇ ਵੀ ਇੱਥੇ ਕਿਸਾਨ ਨੇ ਉਹ ਮਹਾਨ ਬਣ ਚੁੱਕੇ ਨੇ। ਜੋ ਇਹ ਲੜ ਰਹੇ ਨੇ ਲੀਡਰ ਸਾਹਿਬਾਨ ਸਾਰੇ ਬੈਠੇ ਨੇ ਜਾਂ ਅਸੀਂ ਸਾਰੇ, ਅਸੀਂ ਵੀ ਉਸ ਸ਼੍ਰੇਣੀ ਚ ਆਉਣੇ ਹੈ। ਸੋ ਅਸੀਂ ਸਾਰੇ ਖਾਸ ਹਾਂ ਔਰ ਖਾਸ ਬਣ ਕੇ ਦੁਨੀਆ ਨੂੰ ਵਿਖਾਉਣਾ। ਦੁਨੀਆ ਕਦੇ ਕਦੇ ਪਿੱਛੇ ਲੱਗਦੀ ਹੈ, ਸਾਨੂੰ ਲਾਉਣ ਦਾ ਮੌਕਾ ਮਿਲਿਆ ਔਰ ਅਸੀਂ ਲਾਵਾਂਗੇ। ਇੱਥੇ ਬੈਠ ਕੇ ਮੁੱਠੀਆਂ ਮੀਚ ਕੇ ਤੇ ਬਾਹਾਂ ਉਲਾਰ ਕੇ ਦੋ ਨਾਰਿਆਂ ਦਾ ਜਵਾਬ ਦਿਓ ਜੇ, ਤਾਂ ਜੋ ਇਹ ਦਿੱਲੀ ਬੈਠੇ ਹੋਏ ਲੋਕਾਂ ਨੂੰ ਇਹ ਸੁਣੇ ਕਿ ਲੋਕ ਇਹ ਕਿਰਤੀ ਇਕੱਠੇ ਹੋ ਗਏ ਨੇ, ਹੁਣ ਇਹਨਾਂ ਦੀ ਗੱਲ ਮੰਨਣੀ ਪੈਣੀ ਹੈ। ਭਰ ਕੇ ਜਵਾਬ ਦਿਓ ਜੇ, ਬੋਲੇ ਸੋਨਿਹਾ ਕਿਸਾਨ ਮਜ਼ਦੂਰ ਏਕਤਾ ਇਨਕਲਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।